ਜਿਹੜਾ ਵਿਧਾਇਕ ਹੈ ਉਹਨੂੰ ਵਿਧਾਇਕੀ ਤੋਂ ਜਿਹੜਾ ਹੈ ਉਹਨੂੰ ਲਾਂਭੇ ਹਟਾਉਣਾ ਚਾਹੀਦਾ ਹੈ, ਉਹਨੂੰ ਮਾਫ਼ੀ ਮੰਗਣੀ ਚਾਹੀਦੀ ਹੈ 295A ਦੇ ਤਹਿਤ ਉਹਦੇ 'ਤੇ ਪਰਚਾ ਆਉਣਾ ਚਾਹੀਦਾ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਭਾਜਪਾ ਵਿਧਾਇਕ ਅਜੇ ਚੰਦਰਾਕਰ ਦੀ ਗੱਲ ਕਰ ਰਹੇ ਹਨ, ਜਿਸਦੀ ਸਿੱਖ ਵਿਧਾਇਕ ਨਾਲ ਬਦਤਮੀਜ਼ੀ ਲਹਿਜੇ 'ਚ ਗੱਲ ਕਰਨ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਵੀਡੀਓ ਛੱਤੀਸਗੜ੍ਹ ਵਿਧਾਨ ਸਭਾ ਸੈਸ਼ਨ ਦੀ ਹੈ, ਜਿੱਥੇ ਸਵਾਲ ਜਵਾਬ ਦੌਰਾਨ ਭਾਜਪਾ ਵਿਧਾਇਕ ਅਜੇ ਚੰਦਰਾਕਰ ਰਾਏਪੁਰ ਉੱਤਰ ਤੋਂ ਵਿਧਾਇਕ ਕੁਲਦੀਪ ਸਿੰਘ ਜੁਨੇਜਾ ਨੂੰ ਅਬੇ ਸਰਦਾਰ ਕਹਿ ਕੇ ਸੰਬੋਧਨ ਕਰਦੇ ਹਨ। ਜਦੋਂ ਵਿਧਾਇਕ ਕੁਲਦੀਪ ਸਿੰਘ ਜੁਨੇਜਾ ਵੱਲੋਂ ਇਸਦੀ ਵਿਰੋਧ ਕਰਦਿਆਂ ਸਰਦਾਰ ਜੀ ਕਹਿਣ ਲਈ ਕਿਹਾ ਗਿਆ ਤਾਂ BJP ਵਿਧਾਇਕ ਵੱਲੋਂ ਉਲਟਾ ਉਹਨਾਂ ਨੂੰ 12 ਵਜਣ ਦੀ ਗੱਲ ਕਹਿ ਕੇ ਮਜ਼ਾਕ ਉਡਾਇਆ ਜਾਂਦਾ, ਜਿਸ ਤੋਂ ਬਾਅਦ ਸਾਰੇ ਹੱਸਣ ਲੱਗ ਜਾਂਦੇ ਨੇ। ਇਸ ਵਾਇਰਲ ਵੀਡੀਓ ਦੇ ਵਿਰੋਧ 'ਚ ਜ਼ਾਹਿਰ ਕਰਦਿਆਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਉਕਤ BJP ਵਿਧਾਇਕ 'ਤੇ ਸਖ਼ਤ ਕਾਰਵਾਈ ਦੀ ਮੰਗ ਕਰਦਿਆਂ ਉਸ ਨੂੰ ਵਿਧਾਇਕੀ ਤੋਂ ਹਟਾਉਣ ਦੀ ਗੱਲ ਕਹੀ ਗਈ ਹੈ। ਸੁਣੋ ਹੋਰ ਕੀ ਬੋਲੇ ਸਿੰਘ ਸਾਹਿਬ। ਹਾਂ, ਪਤਾ ਲੱਗਿਆ ਕਿ BJP ਨਾਲ ਸੰਬੰਧਿਤ ਇੱਕ ਵਿਧਾਇਕ ਹੈ ਜਿਹਨੇ ਆਪਣੇ ਵਿਧਾਨ ਸਭਾ ਦੇ ਵਿੱਚ ਹੀ ਇੱਕ ਸਿੱਖ ਵਿਧਾਇਕ ਦੇ ਉੱਤੇ ਬੜੀ ਮਜ਼ਾਕੀਆ ਭਰੀ ਟਿੱਪਣੀ ਕੀਤੀ ਹੈ। ਔਰ ਲੋਕਤੰਤਰ ਦੇ ਵਿੱਚ ਵਿਧਾਨ ਸਭਾ ਹੋ ਗਈ, ਰਾਜ ਸਭਾ ਹੋ ਗਈ, ਲੋਕ ਸਭਾ ਹੋ ਗਈ, ਇਹ ਪਵਿੱਤਰ ਸਦਨ ਮੰਨੇ ਜਾਂਦੇ ਅਤੇ ਇਸ ਸਦਨ ਦੇ ਵਿੱਚ ਜਿਹੜੀਆਂ ਇਸ ਤਰ੍ਹਾਂ ਦੀਆਂ ਟਿੱਪਣੀਆਂ ਜਿਹੜੀਆਂ ਇਹ ਬਹੁਤ ਹੀ ਮੰਦਭਾਗਾ ਵਰਤਾਰਾ ਹੈ। ਤਾਂ ਉਹ ਜਿਹੜਾ ਵਿਧਾਇਕ ਹੈ ਉਹਨੂੰ ਵਿਧਾਇਕੀ ਤੋਂ ਜਿਹੜਾ ਹੈ ਉਹਨੂੰ ਲਾਂਭੇ ਹਟਾਉਣਾ ਚਾਹੀਦਾ, ਉਹਨੂੰ ਮਾਫ਼ੀ ਮੰਗਣੀ ਚਾਹੀਦੀ ਹੈ 295A ਦੇ ਤਹਿਤ ਉਹਦੇ 'ਤੇ ਪਰਚਾ ਆਉਣਾ ਚਾਹੀਦਾ, ਕਿਉਂਕਿ ਜੇ ਵਿਧਾਨ ਸਭਾ ਦੇ ਵਿੱਚ ਹੀ ਇਸ ਤਰ੍ਹਾਂ ਦੀਆਂ ਟਿੱਪਣੀਆਂ ਹੋਣਗੀਆਂ ਘੱਟ ਗਿਣਤੀ ਨਾਲ ਸੰਬੰਧਿਤ ਜਾਂ SC BC ਨਾਲ ਸੰਬੰਧਿਤ ਜਿਹੜੇ ਵਿਧਾਇਕ ਹੈ ਉਹਨਾਂ ਦੇ ਉੱਪਰ, ਤਾਂ ਫਿਰ ਇਦੋਂ ਮੰਦਭਾਗੀ ਗੱਲ ਜਿਹੜੀ ਉਹ ਕੀ ਹੋ ਸਕਦੀ ਹੈ। ਤਾਂ ਉਸ ਵਿਧਾਇਕ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ। ਕਿ ਤੁਹਾਨੂੰ ਲੱਗਦਾ ਨਹੀਂ ਵੀ ਜਿਵੇਂ ਸਿੱਖਾਂ ਦੀਆਂ ਕੁਰਬਾਨੀਆਂ ਦੇਸ਼ ਨੂੰ ਆਜ਼ਾਦ ਕਰਾਉਣ 'ਚ ਇਸ ਤਰ੍ਹਾਂ ਪਰ ਇਸ ਤਰ੍ਹਾਂ ਦੀ ਚਿੱਠੀ ਵਿਧਾਨ ਸਭਾ 'ਚ ਹੋਣੀ ਕਿ ਉਹਨੂੰ ਸਿੱਖਾਂ ਬਾਰੇ ਗਿਆਨ ਨਹੀਂ ਹੋਣਾ ਕਿਆ ਜਾ ਸਕਦਾ? ਕੀ ਪਤਾ ਉਹਨੂੰ ਗਿਆਨ ਹੈ ਜਾਂ ਉਹਨੇ ਸ਼ਰਾਰਤ ਨਾਲ ਕੀਤੀ ਹੈ, ਪਰ ਜਿਵੇਂ ਵੀ ਕੀਤੀ ਹੈ ਉਹਨੂੰ ਉਹਦੇ 'ਤੇ ਕਾਰਵਾਈ ਹੋਣੀ ਚਾਹੀਦੀ। ਭਗਵੰਤ ਮਾਨ ਦਾ ਬਿਆਨ ਵੀ ਬੜਾ ਚਰਚਿਤ ਹੋ ਰਿਹਾ ਹੈਗਾ, ਸਿੱਖ ਹਲਕਿਆਂ 'ਚ ਵੀ ਕਾਫੀ ਜ਼ਿਆਦਾ ਨਿੰਦਾ ਹੋ ਰਹੀ ਹੈ ਕਿ ਗੋਲਕਾਂ ਵਿੱਚ ਪੈਸਾ ਨਾ ਪਾਇਆ ਜਾਵੇ, ਇਸ ਮਾਮਲੇ ਸਾਰਾ ਕਿੰਨੇ ਲੈਂਦੇ? ਦੇਖੋ, ਜਿਹੜੇ ਮਸਲੇ ਜਿਹੜੇ ਹੈ ਧਰਮ ਨਾਲ, ਧਰਮ ਦੇ ਵਿਸ਼ਵਾਸ ਨਾਲ, ਆਸਥਾ ਨਾਲ, ਭਰੋਸੇ ਨਾਲ ਜੁੜੇ ਹੁੰਦੇ ਹੈ, ਉਹਨਾਂ ਦੇ ਉੱਤੇ ਪੋਲੀਟੀਸ਼ੀਅਨਾਂ ਨੂੰ ਕੋਈ ਇਸ ਤਰ੍ਹਾਂ ਦੀਆਂ ਜਿਹੜੀਆਂ ਨੀਵੇਂ ਪੱਧਰ ਦੀਆਂ ਟਿੱਪਣੀਆਂ ਜਿਹੜੀਆਂ ਉਹ ਨਹੀਂ ਕਰਨੀਆਂ ਚਾਹੀਦੀਆਂ। ਇਹ ਮੰਦਭਾਗਾ ਵਰਤਾਰਾ ਹੈ। ਇਹ ਕੋਈ ਪਹਿਲਾ ਮੌਕਾ ਨਹੀਂ ਹੈ ਜਦੋਂ ਸਿੱਖਾਂ 'ਤੇ ਆਪਣੇ ਹੀ ਦੇਸ਼ 'ਚ ਨਸਲੀ ਟਿੱਪਣੀ ਹੋਈ ਹੋਵੇ ਜਾਂ 12 ਵਜੇ ਨੂੰ ਲੈ ਕੇ ਸਿੱਖਾਂ ਦਾ ਮਜ਼ਾਕ ਉਡਾਇਆ ਗਿਆ ਹੋਵੇ। ਪਰ ਅਫਸੋਸ, ਅਜਿਹੀਆਂ ਟਿੱਪਣੀਆਂ ਕਰਨ ਵਾਲੇ ਲੋਕ ਨਹੀਂ ਜਾਣਦੇ ਕਿ ਸਿੱਖਾਂ ਦੇ 12 ਵਜਣ ਵਾਲੀ ਗੱਲ ਪਿੱਛੇ ਕਿੱਡਾ ਵੱਡਾ ਅਤੇ ਮਾਣ ਮੱਤਾ ਇਤਿਹਾਸ ਹੈ। ਤਲਵੰਡੀ ਸਾਹਿਬ ਤੋਂ ਮਨੀਸ਼ ਗਰਗ, ਦਰਸ਼ਨ TV।